ਇਹਦੇ ਬੂਟੇ ਯਾਰ ਬੜੇ ਪਤਲੇ ਜੇ ਆ ਆਪਣਾ ਤਾਂ ਮੋਢੀ ਬੜਾ ਤਗੜਾ ਹੁੰਦਾ ਆ ਜਿਹੜਾ ਫਰਕ ਤੇ ਹੁੰਦਾ ਹੀ ਨਾ ਧਰਤੀ ਦਾ ਧਰਤੀ ਦਾ ਵੀ ਤੇ ਨਸਲ ਦਾ ਵੀ ਫਰਕ ਆ ਇਹਦਾ ਯਾਰ ਟਰਾਲੀ ਵੀ ਬੜੀ ਮਨਪ੍ਰੀਤ ਜਵਾਕੜੀ ਜੀ ਇਹਨਾਂ ਦੀ ਆਪਣੀਆਂ 18-18 22-22 ਫੁੱਟੀਆਂ ਕਿੱਥੋਂ ਚੱਲ ਲੈਣ ਗਏ ਇੱਥੇ ਇਹ ईरान देश घूम रहे हैं ईरान के शहर तो बहुत वेख ले अज ईरान का पिंड वेखते हैं पिंड च हुंदी खेती वेखते हैं बनिया के पिंड है इधरले पासे खेत ने पिंड का भी गेड़ा लावांगे देख के आवांगे केड़ियां केड़ियां फसलां उगाउंदे ने खेती किवें करदे ने जां वक्खरी अपने पंजाब तो जां फिर सेम ही उही संद वरतदे ने खेती दे लई बिल्कुल एबन वैली है पूरी घाटी है जिथे ये पिंड वसिया पिया इधरले पासे नूं भी घर ने तो इधरले पासे नूं भी आ पिछले पासे खेत आ जांदे आ ਆਪਾਂ ਰੇਜ਼ਾ ਦੇ ਨਾਲ ਆਏ ਹਾਂ ਆਹ ਉਹਨਾਂ ਦਾ ਘਰ ਆ ਇਹ ਇੱਟਾਂ ਦਾ ਰੰਗ ਹੀ ਹੈ ਐਵੇਂ ਦਾ ਪੀਲਾ ਇਹ ਪਤਾ ਨਹੀਂ ਕਿਵੇਂ ਕਿਹੜੇ ਭੱਠੇ 'ਚ ਬਣਾਉਂਦੇ ਹੋਣਗੇ ਅਤੇ ਆਪਾਂ ਚਣਾਈ ਦੇਖੋ ਵੱਖਰੀ ਦਿਖਣ ਡਈ ਹੈ ਪਹਿਲਾਂ ਸਾਨੂੰ ਲੱਗਦਾ ਸੀ ਵੀ ਸ਼ਾਇਦ ਇਹ ਰੰਗ ਕੀਤਾ ਪਰ ਆਹ ਪਿੱਲਰ ਭਰਿਆ ਪਿਆ ਤਾਂ ਦੇਖੋ ਸੀਮੈਂਟ ਵਾਲੀ ਚਣਾਈ ਅਤੇ ਇੱਟਾਂ ਦਾ ਰੰਗ ਪੂਰਾ ਪੀਲਾ ਚਲੋ ਘਰ ਚੱਲਦੇ ਇਹਨਾਂ ਦੇ ਆਹ ਮੇਨ ਐਂਟਰੀ ਇਹਨਾਂ ਨੇ ਨਾ ਇੱਥੇ ਝੋਨਾ ਵੀ ਸੁੱਕਣਾ ਪਾਇਆ ਪਿਆ ਝੋਨੇ ਦੀ ਫਸਲ ਕੱਟ ਕੇ ਬੂਟ ਲਾ ਲਈਏ ਬੂਟ ਮੈਂ ਲਾ ਤੇ ਪਹਿਲਾਂ ਲਾਉਣੇ ਹੁੰਦੇ ਇਹ ਕਲਚਰ ਆ ਵੀ ਇੱਥੇ ਕਾਰਪੇਟ ਵਿਸ਼ੇ ਹੁੰਦੇ ਆ ਔਰ ਰੇਜ਼ਾ ਬਾਈ ਦੀ ਮੰਮੀ ਆ ਸਲਾਮ ਸਲਾਮ ਖੂਬੀ 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 ਯਾਰ ਰੇਜ਼ਾ ਬਾਈ ਆਪਾਂ ਨੂੰ ਲੈ ਕੇ ਆ ਰਿਹਾ ਥੈਂਕ ਯੂ ਹੈਲੋ ਖੂਬ ਸਲਾਮ ਖੂਬੀ 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 Are you fine? Khayla khosh aa yes. Khayla khosh aa madin. Thank you. Thank you. Thank you. Thank you. You home me happy. What is she saying? She's happy you are. Oh, okay. Thank you so much. Thank you so much. We are also happy. Thank you. Okay, idhar aa vekho inna da chona sukna paya. Is tarah kyunki eh kehnde vi assi directly apne wala sahab hi aa vi je directly shellran che apan le janne aa na ਫਿਰ ਉੱਥੇ ਆਪਾਂ ਨੂੰ ਰੇਟ ਘੱਟ ਮਿਲਦਾ ਤੇ ਜੇ ਮੰਡੀ 'ਚ ਲੈ ਜਾਈਏ ਫਿਰ ਉੱਥੇ ਸੁਕਾਉਣਾ ਪੈਂਦਾ ਮਹਿਕਦਾ ਚੌਲ ਬਹੁਤ ਛੋਟਾ ਹੈ ਇਹਦਾ ਹੈ ਨਾ ਆਪਣੇ ਵਾਲੇ ਵਾਂਗੂ ਨਹੀਂ ਉਹਦੇ ਨਾਲ ਆਪਣੇ ਵਾਲਾ ਇਹ ਦੁੱਗਣਾ ਹੁੰਦਾ ਥੋੜ੍ਹਾ ਜਿਹਾ ਇਹ ਮੇਰੀ ਵਰਾਇਟੀ ਆ ਇਹ ਪੂਰੇ ਵਿਹੜੇ 'ਚ ਉੱਥੋਂ ਤੱਕ ਫੋਲਿਆ ਪਿਆ ਆਪਾਂ ਇਹਨਾਂ ਦਾ ਖੇਤ ਵੀ ਚੱਲਾਂਗੇ ਮੈਨੂੰ ਲੱਗਦਾ ਆ ਇੱਧਰਲੇ ਪਾਸੇ ਇਹਨਾਂ ਦੇ ਖੇਤ ਨਹੀਂ ਹੈਗੇ ਆਪਾਂ ਨੂੰ ਥੋੜ੍ਹਾ ਜਿਹਾ ਬਾਈ ਕਹਿੰਦਾ ਵੀ ਅਗਲੇ ਪਾਸੇ ਜਾਣਾ ਪੈਣਾ 2-4 ਮਿੰਟ ਲਾ ਕੇ ਉੱਧਰ ਚੱਲਾਂਗੇ ਪਿੰਡ ਵਾਂਗੂ ਖੁੱਲ੍ਹਾ ਵਿਹੜਾ ਆਹੋ ਭਾਵੇਂ ਉੱਚਾ ਥੋੜਾ ਪੇ ਉੱਚੇ ਤੋਂ ਨੀਵਾਂ ਇਦਾਂ ਆ ਨਾ ਸਟੈਪ 1-2-3 ਸਟੈਪ ਨੇ ਘਰ ਦੇ ਵਿੱਚ ਪਰ ਖੁੱਲੇ ਵਿਹੜੇ 'ਚ ਜਿੱਦਾਂ ਆਪਣੇ ਪੰਜਾਬ 'ਚ ਸਹੀ ਗੱਲ ਹੈ ਫਸਲਾਂ ਕਈ ਵਾਰ ਪਈਆਂ ਹੁੰਦੀਆਂ ਆ ਉਦਾਂ ਹੀ ਆ ਪਰ ਆਬੋ ਹਵਾ ਹੋਰ ਤਰ੍ਹਾਂ ਦੀ ਆ ਰਹਿਣ ਸਹਿਣ ਉਵੇਂ ਆ ਰਹਿਣ ਸਹਿਣ ਉਵੇਂ ਹੀ ਆ ਹਾਂ ਕਿਉਂ ਇਹ ਆਬੋ ਹਵਾ ਹੀ ਬੰਦੇ ਨੂੰ ਦੱਸਦੀ ਹੁੰਦੀ ਹੈ ਨਾ ਤੇ ਉਹ ਆਪਾਂ ਨੂੰ ਫੀਲ ਹੋ ਹੀ ਰਿਹਾ ਪੰਜਾਬ ਵਾਲੀ ਵਾਈਬ ਕਿਤੇ ਨਹੀਂ ਆ ਸਕਦੀ ਪੰਜਾਬ ਦੀ ਉਹ ਪੰਜਾਬ 'ਚ ਉਹ ਹਰਿਆਣੇ 'ਚ ਵੀ ਨਹੀਂ ਆਉਂਦੀ ਹਰਿਆਣੇ ਦੇ ਖੇਤ ਵੇਖ ਕੇ ਪੰਜਾਬ 'ਚ ਜਦੋਂ ਜਾਂਦੇ ਆ ਨਾ ਤੇ ਉਹ ਉੱਥੇ ਹੀ ਆਪਾਂ ਵੇਖ ਸਕਦੇ ਹਾਂ ਤੇ ਆ ਵੇਖ ਲਓ ਇਹ ਪਿੰਡਾਂ ਵਾਲਾ ਘਰ ਪੂਰਾ ਪੱਕਾ ਲੈਂਟਰ ਪਾਏ ਹੋਏ ਆ ਅਤੇ ਮੈਨੂੰ ਲੱਗਦਾ ਇੱਥੇ ਦੇਖੀ ਆਂਟੀ ਹੋਣਾਂ ਨੇ ਸਿਲੰਡਰ ਆ ਕਿ ਕਿੱਦਾਂ ਗੈਸ ਪਾਈਪਾਂ ਨੇ ਮੈਨੂੰ ਅੰਦਾਜ਼ਾ ਵੀ ਹੋ ਸਕਦਾ ਵੀ ਇੱਥੇ ਗੈਸ ਪਾਈਪ ਹੀ ਹੋਵੇ ਹੈ ਨਾ ਪਾਈਪ ਆ ਗੈਸ ਪਾਈਪ ਓ ਕਿਆ ਬਾਤ ਆ ਗੈਸ ਪਾਈਪ ਦੇਖ ਲਓ ਵੀ ਪਿੰਡਾਂ ਦੇ ਵਿੱਚ ਵੀ ਗੈਸ ਇੰਜ ਪਾਈਪਾਂ ਨਾਲ ਪਹੁੰਚਾਈ ਪਈ ਆ ਕਮਾਲ ਹੈ ਬਹੁਤ ਵਧੀਆ ਇਹ ਦੇਖੋ ਗੈਸ ਚੱਲਣ ਡਿਆ ਇੱਧਰ ਆਂਟੀ ਨੇ ਚਾਹ ਵੀ ਰੱਖਤੀ ਆਪਣੇ ਲਈ ਬਣਾ ਵੀ ਲਈ ਆ ਹੋਰ ਥਰਮਸ ਭਰ ਲਈ ਹੈ ਵੈਰੀ ਗੁੱਡ ਅਤੇ ਮਤਲਬ ਈਰਾਨ ਆਪਦੇ ਆਪਣੇ ਜਿਹੜੇ ਨੈਚੁਰਲ ਰਿਸੋਰਸ ਆ ਉਹਨਾਂ ਨੂੰ ਵਰਤ ਰਿਹਾ ਆਪਦੇ ਲੋਕਾਂ ਲਈ ਪੂਰੀ ਤਰ੍ਹਾਂ ਨਾਲ ਹਾਂ ਪਿੰਡਾਂ ਤੱਕ ਮਤਲਬ ਆਹ ਅਸੀਂ ਮਤਲਬ ਕਾਫੀ ਆਪਾਂ ਮਾਵਦਸ਼ ਤੋਂ ਅੱਧਾ ਘੰਟਾ ਤਕਰੀਬਨ ਟਰਾਈ ਕੀਤਾ ਡਰਾਈਵ ਕੀਤਾ ਹੈ ਨਾ 40 ਕਿਲੋਮੀਟਰ ਆ ਅਤੇ ਮਤਲਬ ਐਡੀ ਦੂਰ ਵੀ ਪਿੰਡ ਦੇ ਵਿੱਚ ਵੀ ਗੈਸ ਹੈਗੀ ਆ ਤੇ ਇੱਕ ਆ ਦੇਖੋ ਆ ਕਲਚਰ ਜਿਹੜਾ ਉਹਨਾਂ ਦਾ ਥੱਲੇ ਬੈਠਣ ਵਾਲਾ ਗੱਦੀਆਂ ਜ਼ਰੂਰ ਲੱਗੀਆਂ ਹੋਣਗੀਆਂ ਯੈਸ ਯੂ ਯੈਸ ਅੱਛਾ ਤੁਸੀਂ ਉੱਥੇ ਬੈਠਦੇ ਹੋ ਠੀਕ ਹੈ ਹਾਂ ਸ਼ੀ ਬੋਲਡ ਦੇਮ ਓਕੇ ਅੱਛਾ ਉਹਨਾਂ ਨੇ ਕੀਤਾ ਖੁਦ ਦੇ ਆਰ ਮੇਡ ਬਾਈ ਹਰ ਓਨਲੀ ਆਫ ਕੋਰਸ ਓਕੇ ਵੈਰੀ ਨਾਈਸ ਇਹ ਆਂਟੀ ਨੇ ਬਣਾਏ ਆ ਨੋ ਪਲਾਨ ਆ ਵੀ ਕਹਿ ਰਹੇ ਆ ਨਾ ਵਾਲਾ ਅੱਛਾ ਯੂ ਓਕੇ ਨੋ ਆਫਰ ਵਨ ਦਿਸ ਵਨ ਦਿਸ ਵਨ Yes. Okay. Very good. Very nice. Yeah, thank you.
ਜਿੱਦਾਂ ਆਪਣੀਆਂ ਬੀਬੀਆਂ ਨੀ ਉਹ ਕਢਾਈ ਕੱਢਦੀਆਂ ਹੁੰਦੀਆਂ ਸੀ ਪਹਿਲਾਂ ਕਰੋਸ਼ੀਏ ਦੇ ਨਾਲ, ਘਰੇ ਸਾਰਾ ਉਦੋਂ ਵੀ ਹੁੰਦਾ ਸੀਗਾ, ਉਹ ਦਰੀਆਂ ਵੀ ਬਣਾਉਂਦੀਆਂ ਨੇ, ਦਰੀਆਂ ਬੁਣਦੀਆਂ ਰਹੇ ਆ, ਦਰੀਆਂ ਖੇਸ ਦਾਜ ਆਪੇ ਬਣਾ ਕੇ ਸਾਰਾ ਕੁਛ ਹੀ ਹੁੰਦਾ ਸੀਗਾ ਆਪਣੇ ਆਪ ਹੀ, ਸਹੀ ਗੱਲ, ਹੱਥੀ ਕੰਮ ਕਰਦੇ ਹੁੰਦੇ ਸੀ ਤੇ ਐਵੇਂ ਹੀ, ਕਿਉਂਕਿ ਪੁਰਾਣਾ ਸਮਾਂ ਉਦਾਂ ਹੀ ਹੁੰਦਾ ਸੀ ਨਾ, ਟਾਈਮ ਜ਼ਿਆਦਾ ਹੁੰਦਾ ਸੀ ਸਾਰਿਆਂ ਕੋਲ, ਬਿਲਕੁਲ, ਤੇ ਆਹ ਦੇਖੋ ਕੰਮ ਹੋਰ ਹੋ ਗਏ ਨੇ, ਇਹ ਰੂਮ ਹੀਟ ਵਾਸਤੇ ਇੱਥੇ ਉਹ ਵੱਡਾ ਬਰਨਰ ਲਾ ਲੈਂਦੇ ਆ, ਇੱਥੋਂ ਦੀ ਉਦੋਂ ਧੂੰਆਂ ਜਾਂਦਾ ਰਹਿੰਦਾ, ਤਾਂ ਵੀ ਗੈਸ ਵਾਲਾ ਕਨੈਕਸ਼ਨ ਹੀ ਆ, ਇਹ ਫਿਰ ਜੇ ਠੰਡ ਇੱਥੇ ਪਵੇ ਤਾਂ ਪੂਰਾ ਘਰ ਹੀਟ ਦੇ ਨਾਲ ਮਤਲਬ ਉਹਨੂੰ ਵਾਰਮ ਕਰ ਲੈਂਦੇ ਆ ਇਸ ਗੈਸ ਦੇ ਉੱਤੇ ਲਾ ਕੇ, ਅਤੇ ਗੈਸ ਦਾ ਖਰਚਾ ਵੀ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਬਾਲਾ ਨਹੀਂ ਹੈਗਾ, ਮਸਾਂ $2 ਇਹ ਕਹਿੰਦੇ ਮਹੀਨੇ ਦਾ ਆਉਂਦਾ ਉਹ ਖਰਚਾ, ਮਤਲਬ 200 ਰੁਪਈਆ ਮਹੀਨੇ ਦਾ ਬਿੱਲ ਆਉਂਦਾ ਹੋਊਗਾ। ਬਾਏ ਬਾਏ ਬਾਏ। ਅਤੇ ਅਸੀਂ ਹੁਣ ਚੱਲੇ ਹਾਂ ਇਹਨਾਂ ਦੇ ਘਰ ਤੋਂ ਖੇਤਾਂ ਵਾਲੇ ਪਾਸੇ, ਚਾਹ ਬਣਾ ਕੇ ਨਾਲ ਹੀ ਰੱਖ ਲਈ ਬਾਈ ਨੇ, ਕਹਿੰਦਾ ਵੀ ਖੇਤਾਂ 'ਚ ਚੱਲ ਕੇ ਪੀਵਾਂਗੇ, ਪੱਤਾ ਲੈ ਕੇ ਚੱਲੇ ਹਾਂ, ਪੱਤਾ, ਆਹੋ ਇਹਨਾਂ ਦੇ ਬਾਪੂ ਜੀ ਮੈਨੂੰ ਲੱਗਦਾ ਉੱਥੇ ਹੀ ਹੋਣਗੇ, ਉਹ ਰੱਖ ਲਈ ਡਰੇ। ਚਲੋ ਜੀ ਪੱਕੀ ਸੜਕ 'ਤੇ ਆ ਗਏ ਅਤੇ ਹੁਣ ਆਪਾਂ ਕੱਚੇ ਪੈਸੇ 'ਤੇ ਮੁੜ ਗਏ ਹਾਂ। ਇੱਧਰ ਨਾਲ ਨਾਲ ਨਹਿਰ ਜਾਂਦੀ ਲੱਗਦੀ ਨਾ, ਇਹ ਸੀਜ਼ਨਲ ਹੋਊਗਾ ਨਾ, ਜਿੱਦਾਂ ਮੀਂਹ ਪੈਂਦਾ ਉਦੋਂ ਨਦੀ, ਉੱਦਾਂ ਤਾਂ ਸਾਰਾ ਉਹੀ ਸੋਕੇ ਵਾਲਾ ਏਰੀਆ ਹੀ ਹੈ, ਪਾਣੀ ਪੂਣੀ ਹੈ ਨਹੀਂ, ਥੱਲਿਆਂ ਵੀ ਵਾਹਵਾ ਡੂੰਘਾ ਕੱਢਦੇ ਹੋਣੇ, ਬਾਕੀ ਚੱਲ ਕੇ ਪੁੱਛਦੇ ਹਾਂ ਵੀ ਕਿੰਨਾ ਕੁ ਡੂੰਘਾ ਇੱਥੇ ਵਾਟਰ ਲੈਵਲ ਆ, ਪਰ ਇਹ ਜਿੱਥੋਂ ਤੱਕ ਕਿਉਂਕਿ ਆਪਾਂ ਬਹੁਤ ਸਾਰੀਆਂ ਵੇਖੀਆਂ ਮੇਰੀਆਂ ਰਾਂਚ 'ਚ, ਇਹ ਸੀਜ਼ਨਲ ਹੀ ਹੈ ਸਾਰੀਆਂ, ਜਦੋਂ ਮੀਂਹ ਮੂੰਹ ਪੈਂਦਾ ਉਦੋਂ ਹੀ ਚੱਲਦੀਆਂ। ਉਹ ਮੇਨ ਹਾਈਵੇ ਉਹ ਰਹਿ ਗਿਆ ਉੱਧਰਲੇ ਪਾਸੇ, ਆਪਾਂ ਨਾਲ ਨਾਲ ਆ ਗਏ ਇੱਧਰ, ਅਤੇ ਇੱਧਰ ਧੂੰਆਂ ਪਰਾਲੀ ਨੂੰ ਅੱਗ ਲਾਈ, ਇੱਥੇ ਵੀ ਝੋਨਾ ਵੱਢ ਕੇ ਅੜਿਆ ਨਾ, ਇੱਧਰ ਬਸ ਸਾਰੇ ਖੇਤ ਹੀ ਆ, ਮੂਹਰੇ ਪਹਾੜ ਜਿਹਾ ਆ ਗਿਆ ਹੁਣ। ਆਹ ਨਹਿਰ ਵਾਲੇ ਰਾਹ ਤੋਂ ਵੀ ਆਪਾਂ ਥੱਲੇ ਨੂੰ ਉੱਤਰ ਆਏ ਅਤੇ ਐਵੇਂ ਲੱਗਦਾ ਵੀ ਜਿੱਦਾਂ ਉਹ ਜੇ ਪਹਾੜ ਨਾ ਹੋਵੇ ਨਾ ਮੂਹਰੇ, ਤਾਂ ਐਵੇਂ ਲੱਗੂ ਵੀ ਜਿੱਦਾਂ ਸੱਚੀ ਪੰਜਾਬ ਦੇ ਵਿੱਚ ਹੀ ਹੁੰਦੇ ਹਾਂ, ਸੱਚੀ ਹੈ ਨਾ, ਖੇਤ ਆਲੇ ਦੁਆਲੇ ਬਿਲਕੁਲ ਉਸੇ ਤਰ੍ਹਾਂ ਹੀ ਆ, ਪੱਧਰੇ ਨੇ। ਅਤੇ ਇਹ ਜਿੱਦਣ ਦੇ ਅਸੀਂ ਰਾਂਚ 'ਚ ਆਏ ਹਾਂ ਨਾ, ਪਹਿਲੀ ਵਾਰ ਇੱਦਾਂ ਦਾ ਏਰੀਆ ਵੇਖਿਆ ਵੀ ਸਾਰਾ ਪਲੇਨ ਹੋਵੇ, ਨਹੀਂ ਤਾਂ ਉੱਚਾ ਨੀਵਾਂ ਡਾਂਡੇ ਮੀਂਡੇ ਇੱਦਾਂ ਦਾ ਹੀ ਵੇਖਿਆ ਸਾਰਾ ਕੁਝ। ਅਤੇ ਜਿਹੜੀ ਉਹ ਪਿੱਛੇ ਆਪਾਂ ਨਹਿਰ ਦੇਖ ਕੇ ਆਏ ਹਾਂ ਨਾ, ਉਹ ਨਹਿਰ ਹੀ ਆ ਵੈਸੇ, ਉਹ ਬਰਸਾਤੀ ਪਾਣੀ ਵੀ ਉਹ 'ਚ ਆਉਂਦਾ, ਅਤੇ ਪਿਛਲੇ ਪਾਸੇ ਕਹਿੰਦਾ ਇੱਧਰਲੇ ਪਾਸੇ ਡੈਮ ਬਣਿਆ, ਅਤੇ ਜੇ ਉਹ ਉੱਥੇ ਸਰਕਾਰ ਕੋਲ ਪਾਣੀ ਵੱਧ ਹੋ ਜਾਂਦਾ ਤਾਂ ਫਿਰ ਉਦੋਂ ਉਹ ਨਹਿਰ ਦੇ ਵਿੱਚ ਛੱਡ ਦਿੰਦੇ ਆ, ਅਤੇ ਇਹ ਫਿਰ ਉਹਦੇ 'ਚੋਂ ਪੰਪਾਂ ਨਾਲ ਚੱਕ ਕੇ ਖੇਤੀ ਨੂੰ ਲਾ ਲੂ ਲੈਂਦੇ ਆ। ਇੱਥੇ ਹੁਣ ਮਿੱਟੀ ਦਾ ਰੰਗ ਐਨ ਪੰਜਾਬ ਵਰਗਾ ਹੋ ਗਿਆ, ਇਹ ਉਸੇ ਤਰ੍ਹਾਂ ਦੀ ਮੰਗ ਵੀ ਜਿਹੜੀ ਆਪਣੇ ਘਰਾਂ ਤੋਂ ਅਗਲੇ ਪਾਸੇ ਨੂੰ ਮਿੱਟੀ ਨਹੀਂ ਬੇਟ ਵਾਲੀ ਸਾਰੀ, ਮਤਲਬ ਦੋਨੇ ਵਾਲਾ ਰੰਗ ਨਹੀਂ ਹੈਗਾ ਇਹਦਾ, ਜਿਹੜਾ ਰੇਤ ਲਾਇਆ ਥੋੜ੍ਹਾ ਜਿਹਾ, ਕਹਿੰਦੀ ਕਿ ਹਾਂ ਮਤਲਬ ਪੰਜਾਬ ਵਾਲੀ ਮਿੱਟੀ ਲੱਗਦੀ, ਹਾਂ ਇਹ ਪੂਰੀ ਉਹੀ ਬੇਟ ਵਾਲੀ ਮਿੱਟੀ ਆ, ਪੱਕੀ ਜ਼ਮੀਨ ਜਿਹਨੂੰ ਆਪਾਂ ਕਹਿੰਦੇ ਹਾਂ। ਇੱਧਰਲੇ ਪਾਸੇ ਵੀ ਐਨ ਵਾਹਣ ਤਿਆਰ ਕਰਤੇ ਇਹਨਾਂ ਨੇ, ਝੋਨਾ ਵੱਢ ਕੇ, ਝੋਨਾ ਵੱਢ ਕੇ ਤਿਆਰੀ ਹੈ ਇਹਨਾਂ ਨੇ ਵੀ ਅੱਗੇ ਕਣਕ ਹੀ ਲਾਉਣੀ, ਝੋਨਾ ਵੱਢ ਕੇ ਰੀਪਰ ਫੇਰ ਕੇ ਅੱਗਾਂ ਲਾਤੀਆਂ, ਉਹਦੇ ਮੂਹਰੇ ਧੂੰਆਂ ਵੀ ਉੱਡ ਰਿਹਾ, ਥੱਲੇ ਕਈਆਂ ਦਾ ਖੜਾ ਝੋਨਾ ਵੈਸੇ ਨਾ, ਉਹ ਦੇਖਦੇ ਆਪਾਂ, ਉਹ ਅਗਲੇ ਪਾਸੇ ਵੇਖਦੇ ਆ ਜਾ ਕੇ ਵੀ ਕਿੰਨਾ ਕੁ ਕੱਦ ਹੁੰਦਾ ਇਹਦਾ। ਆਹ ਦੇਖੋ ਸਾਰੇ ਪਾਸੇ ਧੂੰਆਂ ਹੀ ਧੂੰਆਂ ਕੀਤਾ ਇੱਧਰ, ਆਪਾਂ ਉਦਣ ਜਦੋਂ ਆ ਵੀ ਰਹੇ ਸੀ ਤਾਂ ਵੀ ਰਸਤੇ 'ਚ ਵੀ ਆਪਾਂ ਦੇਖ ਰਹੇ ਸੀ ਨਾ, ਵੀ ਆਪਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਦਾਂ ਅੱਗ ਲਾਉਂਦੇ ਹੋਣਗੇ, ਮੈਨੂੰ ਸੀ ਵੀ ਉੱਦਾਂ ਹੀ ਮੌਸਮ ਦੇ ਹਿਸਾਬ ਨਾਲ ਇਹ ਉਹ ਬਣੀ ਹੋਊਗੀ, ਗੁਬਾਰ ਜੀ ਨਹੀਂ ਵੈਸੇ ਬਣ ਜਾਂਦੀ ਹੁੰਦੀ, ਪਰ ਇਹ ਸੱਚੀ ਅੱਗ ਲਾਉਂਦੇ ਆ, ਇਹ ਵੀ ਪ੍ਰਦੂਸ਼ਣ ਹੀ ਹੈ ਜਿਹੜਾ ਦਿੱਲੀ ਅੱਗੇ, ਜਿਹੜਾ ਅੱਗੇ ਦਿੱਲੀ ਕਹਿੰਦੀ ਹੁੰਦੀ ਕਿ ਪੰਜਾਬੋਂ ਆਉਂਦਾ, ਐਤਕੀ ਵੇਖਦੇ ਕੀ ਕਹਿੰਦੇ ਆ। ਆ ਜਾਓ ਵੀ ਆ ਜਾਓ, ਪਹੁੰਚ ਗਏ ਖੇਤਾਂ 'ਚ, ਇੱਧਰਲੇ ਪਾਸੇ ਜਲ ਦੀ ਕੰਬਾਈਨ ਜੱਟ ਦੀ ਧੁੰਮਦੇ ਆ ਟਰੈਕਟਰ ਦਾਣੇ, ਉਹ ਕੰਬਾਈਨ ਚੱਲਣ ਡਈ ਪਰ ਬਾਹਲੀ ਜਵਾਕੜੀ ਜੀ ਆ। ਸਲਾਮ ਖੂਬੀ, ਆਹ ਵੇਖੋ ਵੀ ਆੜਾਂ ਜੀਆਂ ਤਾਂ ਹੈਗੀਆਂ ਇਹਨਾਂ ਦੀਆਂ, ਪਰ ਵਿੱਚ ਪਾਈਪਾਂ ਦੇ ਨਾਲ ਹੀ ਇੱਦਾਂ ਇਹ ਪਾਣੀ ਲਾਉਂਦੇ ਆ, ਇਹ ਆੜਾਂ 'ਚ ਛੱਡਦੇ ਨਹੀਂ ਪਾਣੀ ਕਿਉਂਕਿ ਇਹਨਾਂ ਕੋਲ ਪਾਣੀ ਹੈ ਹੀ ਨਹੀਂ। ਆਹ ਤੇ ਇੱਦਾਂ ਦੇ ਆਪਣੇ ਵੀ ਹੁੰਦੇ ਨਾ, ਆਹੋ ਇਹ ਉੱਗੇ ਦੇ ਮੈਨੂੰ ਨਾਂ ਨਹੀਂ, ਨਾਂ ਭੁੱਲ ਗਿਆ, ਨਾਂ ਯਾਦ ਨਹੀਂ ਹੈਗਾ, ਮਤਲਬ ਉਦਾਂ ਹੀ ਇਗਨੋਰ ਹੀ ਕਰਦੇ ਆਪਾਂ ਇਹਨੂੰ, ਬੂਟੀ 'ਚ ਹੀ ਹੁੰਦੀ ਹੈ ਨਾ, ਤਾਂ ਕਰਕੇ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਇਹਦੇ ਵੱਲ। ਝੋਨਾ ਝੋਨਾ ਆ ਜੋ, ਇਹਦੇ ਬੂਟੇ ਯਾਰ ਬੜੇ ਪਤਲੇ ਜੇ ਆ, ਆਪਣਾ ਤਾਂ ਮੋਢੀ ਬੜਾ ਤਕੜਾ ਹੁੰਦਾ, ਫਰਕ ਤੇ ਹੁੰਦਾ ਹੀ ਨਾ ਧਰਤੀ ਦਾ, ਧਰਤੀ ਦਾ ਵੀ ਤੇ ਨਸਲ ਦਾ ਵੀ ਫਰਕ ਹੈ ਇਹਦਾ, ਕਿਉਂਕਿ ਪਰਾਲੀ ਦੇਖੋ ਜਮਾ ਬੂਟਾ ਨਿੱਕਾ ਨਿੱਕਾ ਜਿਹਾ, ਛੋਟੇ ਹੁੰਦੇ ਤੋਂ ਪੜ੍ਹਦੇ ਆਏ ਨਾ ਪੰਜਾਬ ਦੀ ਉਪਜਾਊ ਧਰਤੀ ਬਾਰੇ। ਸਹੀ ਗੱਲ ਆ,
ਇਸ ਕਰਕੇ ਪੰਜਾਬ ਨੂੰ ਹਰ ਕੋਈ ਜਿੱਤਣਾ ਚਾਹੁੰਦਾ ਸੀ ਸ਼ੁਰੂ ਤੋਂ ਲੈ ਕੇ ਸੀ ਮਤਲਬ ਹੈ ਹੁਣ ਵੀ ਜਿੱਤਣਾ ਹੀ ਚਾਹੁੰਦੇ ਆ ਵੀ ਪੰਜਾਬ ਨੂੰ ਬਸ ਨੱਪ ਲਈਏ ਪਰ ਅਸੀਂ ਨਹੀਂ ਜਿੱਤਣ ਦੇ ਐ ਨਹੀਂ ਦੱਬਦਾ ਪੰਜਾਬ ਮਿੱਤਰੋ ਆ ਮੈਨੂੰ ਲੱਗਦਾ ਇਹਦੇ 'ਚ ਵੀ ਭਰ ਕੇ ਲਿਜਾਣਗੇ ਉਹ ਭਰ ਹੀ ਲਿਆ ਮੈਨੂੰ ਲੱਗਦਾ ਇਹਨਾਂ ਨੇ ਆ ਨੀਲੀ ਜਿਹੀ ਗੱਡੀ ਨੂੰ ਉੱਥੇ ਆਪਣੇ ਟਰਾਲੀ ਖੜੀ ਅੱਗੇ ਹਾਂ ਟਰਾਲੀ ਮੈਂ ਕਰਿਆ ਸੀ ਇਕੱਲੀ ਇਹ ਦੱਸ ਰਿਹਾ ਸੀਗਾ ਵੀ ਇਹਨਾਂ ਨੇ ਨਾ ਇਹ ਜ਼ਮੀਨ ਜਿਹੜੀ ਆ ਗਾਂ ਦਿੱਤੀ ਆ ਭੌਲੀ ਜਾਂ ਭੌਣੀ 'ਤੇ ਆਪਾਂ ਜਿੱਦਾਂ ਸ਼ਬਦ ਵਰਤਦੇ ਹੁੰਦੇ ਵੀ ਅੱਧਾ ਹਿੱਸਾ ਆਪਣਾ ਅਤੇ ਅੱਧਾ ਦੂਸਰੇ ਬੰਦੇ ਦਾ ਮਤਲਬ ਇਹਨਾਂ ਨੇ ਕਿਸੇ ਨੂੰ ਆਪਣੀ ਜ਼ਮੀਨ ਦੇ ਦਿੱਤੀ ਆ ਹੁਣ ਉਹ 'ਚੋਂ 100% ਦੇ ਵਿੱਚੋਂ 60% ਇਹਨੇ ਮਾਲਕ ਨੇ ਰੱਖਣਾ ਅਤੇ 40% ਆ ਜਿਹਨੇ ਮਤਲਬ ਜ਼ਮੀਨ ਇਹ ਲਈ ਹੋਈ ਆ ਉਹਦਾ 40% ਆ ਇਹ ਭਰ ਲਿਆ ਫੁੱਲ ਹਾਂ ਫੁੱਲ ਹੋ ਗਿਆ ਕਹਿੰਦਾ ਗੁੱਡ ਓ ਯਾਰ ਟਰਾਲੀ ਵੀ ਬੜੀ ਮਨਪ੍ਰੀਤ ਜਵਾਕੜੀ ਜੀ ਇਹਨਾਂ ਦੀ ਆਪਣੀਆਂ 18-18 22-22 ਫੁੱਟੀਆਂ ਕਿੱਥੋਂ ਚੱਲ ਲੈਣ ਗਏ ਇੱਥੇ ਇਹ ਬੰਨਾ ਤੇ ਚੌੜਾ ਹੈ ਪਰ ਬੰਨਾ ਚੌੜਾ ਬੰਨਾ ਚੌੜਾ ਬਾਕੀ ਸਾਰਾ ਕੁਝ ਉਵੇਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਕੋਲ ਟੈਕਨੋਲੋਜੀ ਉਹਨਾਂ ਦੀ ਉੱਦਾਂ ਦੀ ਨਹੀਂ ਹੈਗੀ ਨਾ ਪੰਜਾਬ ਸੱਚੀ ਬਹੁਤ ਐਡਵਾਂਸ ਆ ਯਾਰ ਖੇਤੀ 'ਚ ਵੀ ਬਾਰ ਬਾਰ ਕੀ ਸਿਫਤ ਕਰੀਏ ਅਸੀਂ ਆਪਣੇ ਪੰਜਾਬ ਦੀ ਆਹ ਦੇਖ ਲਓ ਝੋਨਾ ਗਿੱਲਾ ਹੀ ਵੱਢੀ ਜਾਂਦੇ ਆ ਇਹ ਜਾਣਨ ਇਹਨਾਂ ਦੀਆਂ ਇਹ ਇਹਨਾਂ ਨੂੰ ਫਿਰ ਸੁਕਾਉਣਾ ਪਊਗਾ ਨਾ ਜੇ ਇੱਦਾਂ ਹੀ ਹੁਣ ਇਹਨਾਂ ਨੇ ਲੈ ਕੇ ਜਾਣਾ ਵਾ ਅਤੇ ਇਹ ਉਹੀ ਫਿਰ ਘੱਟ ਰੇਟ ਮਿਲੂਗਾ ਇਹਨਾਂ ਨੂੰ ਸੇਮ ਆਪਣੇ ਵਾਂਗੂ ਜੇ ਆਪਾਂ ਜਾਂ ਮੰਡੀ 'ਚ ਫੋਲ ਦਿੰਦੇ ਆ ਇਹ ਪਰ ਕਹਿੰਦੇ ਵੀ ਅਸੀਂ ਸਰਕਾਰ ਨੂੰ ਵੇਚ ਦਿੰਦੇ ਹਾਂ ਅਤੇ ਜਿੱਦਾਂ ਉਹ ਗੱਡੀਆਂ ਆ ਗਈਆਂ ਇਹਨਾਂ ਨੇ ਸਿੱਧੀਆਂ ਕਿਸੇ ਵਪਾਰੀ ਨੂੰ ਵੀ ਵੇਚ ਦੇਣਾ ਹੁਣ ਉਹ ਇੱਕ ਗੱਡੀ ਭਰ ਗਈ ਸੀ ਉਹ ਦੂਸਰੀ ਇੱਕ ਹੋਰ ਆ ਗਈ ਆ ਉਹ ਤੀਸਰੀ ਇੱਕ ਹੋਰ ਆਉਣ ਡਈ ਆ ਹੈ ਨਾ ਅਤੇ ਉਹ ਟਰੈਕਟਰ ਬਹੁਤ ਤਕੜਾ ਹੈ ਮੈਸੀ ਹੈ ਸ਼ੋ ਸਾਰੀ ਮੈਸੀ ਵਾਲੀ ਹੈ ਪਰ ਹੁਣ ਮੈਨੂੰ ਪਤਾ ਨਹੀਂ ਆ ਲਿਖਿਆ ਕੀ ਉਹ ਲਿਖਿਆ ਇਰਾਨ ਟਰੈਕਟਰ ਮੈਨੂਫੈਕਚਰਿੰਗ ਇੱਥੋਂ ਦਾ ਹੀ ਆ ਕੁਛ ਮੈਸੀ ਹੈ ਯਾਰ ਇਹ ਮੈਸੀ ਫਰਗੂਸਨ ਆਪਣੇ ਵਾਲਾ ਹੁਣ ਪਰ ਉਹ ਇਰਾਨੀਅਨ 'ਚ ਪਤਾ ਨਹੀਂ ਕੀ ਲਿਖਿਆ ਇੱਥੇ ਬਣਿਆ ਹੋਊਗਾ ਫਿਰ ਨਾ ਇੱਦਾਂ ਹੋ ਸਕਦਾ ਨਾ ਕੁਝ ਚੀਜ਼ਾਂ ਕਹਿੰਦੇ ਨਾ ਕਿ ਮੈਨੂਫੈਕਚਰ ਇੱਥੇ ਹੋਇਆ ਪਰ ਹੈਗਾ ਮੈਸੀ ਹੀ ਹੈ ਬਸ ਇੱਥੇ ਤਾਂ ਮੈਨੂਫੈਕਚਰਿੰਗ ਹੀ ਲਿਖਿਆ ਵੈਸੇ ਵੀ ਦੂਸਰੀ ਸਾਨੂੰ ਫਾਰਸੀ ਆਉਂਦੀ ਨਹੀਂ ਵੀ ਉਹ ਨਾਂ ਪਤਾ ਨਹੀਂ ਹੁਣ ਕੀ ਲਿਖਿਆ ਹੋਊਗਾ ਤੁਹਾਨੂੰ ਪਤਾ ਹੋਊਗਾ ਇਹਨਾਂ ਨੂੰ ਪੁੱਛ ਲਓ ਨਾ ਓਕੇ ਪੁੱਛਦੇ ਹਾਂ ਆਹ ਬੰਦੇ ਨੇ ਵੀ ਦੱਸਤਾ ਵੀ ਕਹਿੰਦਾ ਇਹ ਮੈਸੀ ਹੀ ਆ ਬਸ ਉੱਤੇ ਲਿਖਿਆ ਨਹੀਂ ਉਹਨਾਂ ਨੇ ਮੈਂ ਕਿਹਾ ਸ਼ੋਤ ਮੈਸੀ ਵਾਲੀ ਲੱਗਣ ਡੀ ਉਹ ਕਹਿੰਦਾ ਇੱਥੇ ਲਿਖਦੇ ਨਹੀਂ ਹੈਗੇ ਵੀ ਇਹ ਕਿਹੜਾ ਆ ਇੱਕ ਹੋਰ ਗੱਡੀ ਆ ਗਈ ਸਿੱਧੀ ਟਰੈਕਟਰੀ ਇਹਦੇ 'ਚ ਭਰ ਦੇਣਗੇ ਇਹ ਵਾਲੀ ਨਿੱਕੀ ਜੀ ਆ ਨਾ ਇਹਨਾਂ ਦਾ ਨਾ ਸਾਰਾ ਹੀ ਝੋਨਾ ਡਿੱਗਾ ਪਿਆ ਤੇ ਇੱਕ ਹੈਕਟੇਅਰ ਨੂੰ ਵੱਢਣ ਲਈ 5 ਘੰਟੇ ਲੱਗ ਜਾਂਦੇ ਇਹ ਕਹਿੰਦੇ ਬਹੁਤ ਜ਼ਿਆਦਾ ਟਾਈਮ ਲੱਗਦਾ ਉਹ ਕਹਿੰਦੇ ਹੈਕਟੇਅਰ ਮਤਲਬ ਤੇ ਉਹ ਕਰਦੀ ਵੀ ਫਿਰ ਓਨਾ ਕੀ ਆ ਕੰਮ ਏਦਾਂ ਲੱਗਣੇ ਜਿੱਦਾਂ ਇੱਥੇ ਝੋਨਾ ਹੁੰਦਾ ਹੀ ਨਹੀਂ ਆ ਪੂਰਾ ਸਾਰਾ ਵਿਛਿਆ ਪਿਆ ਵਾ ਇਹ ਯਾਰ ਜਦੋਂ ਦੇ ਆਪਾਂ ਆਏ ਮੈਨੂੰ ਲੱਗਦਾ 10 ਮਿੰਟ ਹੋ ਗਏ ਹਾਲੇ ਤੱਕ ਭਰੀ ਨਹੀਂ ਇਹਦੀ ਟੈਂਕੀ ਹੈਨਾ ਉਧਰ ਵੀ ਲਾ ਲਿਆ 2-3 ਹਾਂ ਕਈ ਫਾਂਟਾਂ ਲਾ ਹਟਿਆ ਹੈ ਝਾੜ ਵੀ ਥੋੜ੍ਹਾ ਹੀ ਆਉਂਦਾ ਇਹਦਾ ਮੁੰਜਰ ਦੇਖਣੀ ਗੱਡੀ ਦਾ ਇਹਨਾਂ ਦੀ ਗੱਡੀ ਆ ਗਈ ਹੈ ਪਰ ਪਹਿਲੀ ਆਹ ਗੱਡੀ ਦਾ ਆ ਕੇ ਲੱਗਣ ਲਈ ਉਹ ਤਾਂ ਧਿਆਨ ਆ ਥੱਲੇ ਅਰਸ਼ ਕੇ ਥੋੜਾ ਜਿਹਾ ਗਿੱਲ ਵੀ ਹੈਗੀ ਇੱਥੇ ਕਾਫੀ ਚੇਨ ਵਾਲੀ ਵਰਤਦੇ ਆ ਨਾ ਇਹਨਾਂ ਦੀ ਮੁੰਜਰ ਹੈਗੀ ਆ ਬਈ ਆ ਫੜਿਓ ਮੁੰਜਰ ਐਵੇਂ ਦੀ ਆ ਹੱਥ 2 ਫੜੀਆਂ ਆ ਤੁਸੀਂ ਇੱਕ ਦਿਖਾਉਣੀ ਆ ਸਿੰਗਲ ਕਰੇ ਠੀਕ ਆ
ਮਤਲਬ ਜਿੱਦਾਂ ਦਾ ਇਹਨਾਂ ਦਾ এনवायरमेंट ਹੈਗਾ ਉਸ ਹਿਸਾਬ ਨਾਲ ਠੀਕ ਹੈ। ਆ ਪੱਕਿਆ ਆ ਉਹ ਮਿਕਸ ਜਿਹਾ ਹੀ ਆ ਇਹ ਆ ਤੇ ਹਰਾ ਹੀ ਆ ਆ ਸਾਰਾ ਵਿਸ਼ਿਆ ਪਿਆ ਉਸ ਤੱਕ ਬੜਾ ਔਖਾ ਹੁੰਦਾ ਯਾਰ ਉਦੋਂ ਉਦੋਂ ਆਪਾਂ ਵੀ ਅਰਦਾਸਾ ਕਰਦੇ ਹੁੰਦੇ ਭਰਾਵਾ ਹਵਾ ਨਾ ਆਵੇ ਮੀਂਹ ਨਾ ਆਵੇ ਵੀ ਜੇ ਡਿੱਗ ਗਿਆ ਨਾ ਤੇ ਬਾਅਦ 'ਚ ਫਿਰ ਇਹ ਬਹੁਤ ਤੰਗ ਕਰਦਾ। ਐਤਕੀ ਵੈਸੇ ਵੀ ਆਪਣੇ ਮੌਸਮ ਵੀ ਬਹੁਤ ਖਰਾਬ ਰਿਹਾ ਵਾ ਇੱਥੇ ਵੀ ਇੰਜੀ ਆ ਆ ਜਾ ਜਾਣਾ ਹੁਣ ਉਹਨੇ ਆ ਦੇ ਐਡਾ ਗਜੋਲ ਆ ਤੇ ਆ ਇੱਥੇ ਨਾ ਦੇਖੋ ਹੱਥਾਂ ਨੂੰ ਖੁਸ਼ਕ ਬਹੁਤ ਇਲਾਕਾ ਬਹੁਤ ਜ਼ਿਆਦਾ ਖੁਸ਼ਕੀ ਆ ਰਹੀ ਆ ਖੁਸ਼ਕ ਬਹੁਤ ਆ ਹਾਲੇ ਜਦੋਂ ਇਰਾਨ ਚ ਵੜੇ ਸੀ ਉਸ ਦਿਨ ਹੱਥ ਇਹਨੂੰ ਸਹੀ ਸੀਗੇ ਤੇ ਆਹ ਵਾਲੇ ਸ਼ਹਿਰ 'ਚ ਕੱਲ੍ਹ ਪਰਸੋਂ ਆਉਂਦੇ ਸੀ ਨਾ ਇਹਨੂੰ ਹੋਰ ਹੀ ਤਰ੍ਹਾਂ ਹੋ ਗਿਆ ਗਾ ਇੱਕੋ ਦਮ ਹੀ ਮਸ਼ੀਨ ਨੇ ਵੱਢ ਲਿਆ ਝੋਨਾ ਤੇ ਹੁਣ ਉਹ ਟੈਂਕੀ ਖਾਲੀ ਕਰਨ ਚੱਲਿਆ ਯਾਰ ਆਹ ਤਾਂ ਵੈਸੇ ਮਨ ਵੀ ਟਰੈਕਟਰ ਦੀ ਵੀ ਬੇਇੱਜ਼ਤੀ ਆ ਕਿਉਂ ਵੀ ਐਡਾ ਤਕੜਾ ਟਰੈਕਟਰ ਆ ਵੀ ਤੁਸੀਂ ਉਹਨੂੰ ਜ਼ੋਰ ਲਵਾਓ ਪਤੰਦਰੋ ਉਹਨੂੰ ਲੈ ਕੇ ਆ ਸਕਦੇ ਹੋ ਤੁਸੀਂ ਆਹ ਵਾਲੇ ਵਾਹਣ 'ਚ ਐਡਾ ਵੀ ਨਹੀਂ ਗਿੱਲਾ ਹੈਗਾ ਮਤਲਬ ਉੱਪਰਲੀ ਖੇਤ 'ਚ ਵੀ ਲੈ ਕੇ ਆ ਸਕਦੇ ਹੋ ਪਰ ਉਹਨਾਂ ਉੱਥੇ ਹੀ ਟਰੈਕਟਰ ਖੜਾ ਰੱਖਿਆ ਕੰਬਾਈਨ ਵਾਲਾ ਹੀ ਗਿਆ ਵਿਚਾਰਾ ਪਾਉਣ ਆਹੋ ਹੁਣ ਇਹ ਨਹੀਂ ਪਤਾ ਵੀ ਉਹ ਉਹ ਟਰਾਲੀ 'ਚ ਪਾਉਣ ਗਿਆ ਜਾਂ ਉਹ ਗੱਡੀ 'ਚ ਪਾਉਣ ਗਿਆ ਵਾ ਪਰ ਮੈਨੂੰ ਲੱਗਦਾ ਜ਼ਿਆਦਾ ਚਾਂਸ ਘੁੰਮ ਕੇ ਹੋਊਗਾ ਪਤਾ ਨਹੀਂ ਹੁਣ ਜਾਂ ਉੱਧਰ ਦੀ ਲੀਹ ਬਣਾਈ ਹੋਊਗੀ ਉੱਧਰ ਦੀ ਪਾਉਣ ਗਿਆ ਪਰ ਜੋ ਵੀ ਆ ਟਰੈਕਟਰ ਉਹਨਾਂ ਤੋਰਿਆ ਹੀ ਨਹੀਂ ਗਾ ਵੱਟ ਕੋਈ ਨਹੀਂ ਟਪਾਈ ਵੱਟਾਂ ਨਹੀਂ ਵੱਢਦੇ ਉੱਡਦੇ ਬਸ ਇੱਥੇ ਲਿਆ ਕੇ ਰੋਕ ਲਿਆ ਵਾ ਆ ਇੱਥੇ ਪਹਿਲੀ ਵਾਲੀ ਪਾ ਕੇ ਗਿਆ ਸੀ ਉਹ ਵੀ ਇੱਥੇ ਪਾ ਕੇ ਗਿਆ ਕਹਿੰਦੇ ਹੁਣੇ ਪੁੱਛਿਆ ਮੈਂ ਵੀ ਉਹ ਤੋਰਦੇ ਕਾਹਤੋਂ ਨਹੀਂ ਉਹ ਕਹਿੰਦੇ ਵੀ ਹੁਣ ਉਹ ਵਾਲੀ ਗੱਡੀ 'ਚ ਪਾਉਣ ਗਿਆ ਖਾਲੀ ਕਰਨ ਗਿਆ ਤੁਸੀਂ ਕਹਿੰਦੇ ਸੀ ਨਾ ਵੱਟਾਂ ਨਹੀਂ ਟੱਪਦੇ ਮੈਂ ਕਿਹਾ ਸਾਡੇ ਵਾਲੇ ਤੇ ਬੈਰੀਅਰ ਟੱਪ ਜਾਂਦੇ ਆ ਦਿੱਲੀ ਮੋਰਚਾ ਹੈ ਬੈਰੀਕੇਡ ਪੂਰੇ ਭੰਨਣ ਵਾਲੇ ਬੰਦੇ ਆ ਉਹ ਸੜਤੀ ਉਹਨੇ ਬਾਗੜ ਜੀ ਚਲੋ ਚਲੋ ਧਿਆਨ ਨਾ ਧਿਆਨ ਸਹੀ ਹੈ ਬਾਹਲੀ ਛੋਟੀ ਟੈਂਕੀ ਚੈੱਕ ਕਰਦਾ ਇਹਦੀ ਗੱਡੀ ਕਾ ਟੈਂਕ ਮੈਨੂੰ ਲੱਗਦਾ ਦਿਖਣਾ ਹੀ ਨਹੀਂ ਇੱਥੋਂ ਆਹ ਵਾਲੀ ਸਾਰੀ ਮਸ਼ੀਨ ਆ ਟੈਂਕ ਇਹਦਾ ਉੱਪਰੋਂ ਨਹੀਂ ਦਿਖਦਾ ਆਪਣੀਆਂ ਕੰਬਾਈਨਾਂ ਨੂੰ ਸਾਰੀ ਕਵਰਡ ਆ ਇਹ ਭਰੀ ਮਤਲਬ ਕੁਛ ਨਹੀਂ ਦੇਖ ਸਕਦੇ ਢਕੀ ਪਈ ਆ ਹੈਲੋ ਹੈਲੋ ਝੋਨਾ ਕਾਫੀ ਵੱਢਿਆ ਗਿਆ ਇੱਥੋਂ ਵਾਲੀ ਗੱਡੀ ਵੀ ਤੁਰ ਗਈ ਹੁਣ ਤਾਂ ਕਿਉਂਕਿ ਅਸੀਂ ਕਾਫੀ ਚਿਰ ਗੱਲਾਂ ਬਾਤਾਂ ਕਰਦੇ ਰਹੇ ਇੱਥੇ ਕਿਸਾਨਾਂ ਦੇ ਨਾਲ ਅਤੇ ਉਹ ਅਗਲੇ ਪਾਸੇ ਮਸ਼ੀਨ ਫਿਰ ਚਲੇ ਗਈ ਆ ਉਹ ਵਾਲੀ ਗੱਡੀ ਨੂੰ ਭਰਨ ਕਿਉਂਕਿ ਇੱਧਰ ਇੱਕ ਹੋਰ ਗੱਡੀ ਆ ਗਈ ਸੀਗੀ ਅਤੇ ਕੁਛ ਮਸਾ ਜਿਹਾ ਹੋ ਗਿਆ ਟਾਈਮ ਕੀ ਹੋ ਗਿਆ ਟਾਈਮ ਹੋ ਗਿਆ ਜੀ 5:19 ਅਤੇ ਦਿਨ ਪੂਰਾ ਢਲ ਗਿਆ ਇੱਥੇ 6 ਹਨੇਰਾ ਹੋ ਜਾਂਦਾ ਪਹਾੜ ਦੇਖੋ ਕਿੱਦਾਂ ਲੱਗ ਰਿਹਾ ਅੱਗੇ ਪਹਾੜ ਸਾਹਮਣੇ ਇਹ ਇਹਨਾਂ ਤੋਂ ਮੈਂ ਪੁੱਛਿਆ ਸੀਗਾ ਵੀ ਇਹ ਝੋਨਾ ਬੀਜਦੇ ਕਿਵੇਂ ਆ ਸੇਮ ਆਪਣੇ ਵਾਲਾ ਤਰੀਕਾ ਪਨੀਰੀ ਬੀਜਦੇ ਆ ਮਤਲਬ ਮਹੀਨਾ ਪਹਿਲਾਂ ਅਤੇ ਫਿਰ ਉਦੋਂ ਬਾਅਦ 'ਚ ਲਾ ਦਿੰਦੇ ਆ ਅਤੇ ਆਪਣੇ ਵਾਲੇ ਸੀਜ਼ਨ 'ਚ ਲਾਉਂਦੇ ਕਿਉਂਕਿ ਆਪਣਾ ਵੀ ਅੱਜ ਕੱਲ੍ਹ ਮਤਲਬ ਥੋੜ੍ਹੇ ਝੋਨੇ ਬਚੇ ਹੋਣੇ ਕੱਟਣ ਵਾਲੇ ਮੌਸਮ ਸੇਮ ਆ ਨਾ ਕਿਉਂਕਿ ਬਿਲਕੁਲ ਬਿਲਕੁਲ ਮੌਸਮ ਦਾ ਬਾਹਲਾ ਫਰਕ ਨਹੀਂ ਹੈਗਾ ਖਾਸ ਜਿਵੇਂ ਆਪਣੇ ਉੱਥੇ ਦਿਨ ਦੀ ਦਿਨੇ ਗਰਮੀ ਆ ਸਵੇਰੇ ਸ਼ਾਮ ਦੀ ਠੰਡ ਆ ਐਵੇਂ ਇੱਥੇ ਇੱਥੇ ਵਾਹਵਾ ਦਿਨ ਗਰਮ ਸੀਗਾ ਅੱਜ ਅਤੇ ਪਰ ਆ ਹੁਣ ਠੰਡਾ ਠੰਡਾ ਫੀਲ ਹੋ ਰਿਹਾ ਇਸ ਵੇਲੇ ਅਤੇ ਮੈਨੂੰ ਲੱਗਦਾ ਆਪਣੇ ਵੀ ਇੱਦਾਂ ਹੀ ਫੀਲ ਹੁੰਦਾ ਹੋਣਾ ਪੁੱਛਿਆ ਸੀ ਮੰਮੀ ਨੂੰ ਕਹਿੰਦੇ ਹੋ ਗਈ ਠੰਡ ਸਵੇਰੇ ਸ਼ਾਮ ਅੱਛਾ ਆਹ ਮੈਨੂੰ ਲੱਗਦਾ ਖੂਹ ਆ ਇਹਨਾਂ ਦਾ ਆਹ ਰਹਿ ਗਈ ਸੀ ਚੀਜ਼ ਆਪਣੀ ਚੱਲ ਆਪਾਂ ਪਹੁੰਚ ਮੈਨੂੰ ਹਾਂ 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 ਆਹੋ ਖੂਹ ਵਾਲਾ ਸਿਸਟਮ ਹੀ ਆ ਬਈ
ਇੱਥੋਂ ਵੀ ਪਾਣੀ ਲਾਉਂਦੇ ਆ ਇਹ ਬੰਦੇ। ਇੱਥੇ ਇੰਜਣ ਸੀਗਾ ਇਹਦਾ ਤੇ ਇੱਥੋਂ ਪੱਟੀ ਪਾ ਕੇ ਚੱਲਦਾ ਸੀਗਾ ਮੈਂ, ਹੁਣ ਪੰਪੇ ਦੇ ਥੱਲੇ ਆ, ਮਤਲਬ ਸਮਰਸੀਬਲ ਮੋਟਰ ਵਾਲਾ ਕੰਮ ਹੀ ਆ। ਅਮਰੀ ਕਿੰਨੇ ਫੁੱਟ ਕਹਿ ਰਹੇ ਸੀ ਡੂੰਘਾ ਇਹ? ਕਹਿੰਦਾ ਸੀ 80 ਤੋਂ 100 ਮੀਟਰ ਤੇ ਮੈਨੂੰ ਲੱਗਦਾ ਪਾਣੀ ਦਾ ਲੈਵਲ ਸੀਗਾ, ਚੈੱਕ ਕੀਤਾ ਸੀ ਉਹਨੂੰ ਫੁੱਟਾਂ ਦੇ ਹਿਸਾਬ ਨਾਲ ਕਰਕੇ 250-350 ਮਤਲਬ 250 ਤੋਂ 300 ਫੁੱਟ ਡੂੰਘਾ ਪਾਣੀ ਆ ਇੱਥੇ, ਮਤਲਬ ਇੰਨਾ ਡੂੰਘਾ। ਆਪਣੇ ਮੈਨੂੰ ਲੱਗਦਾ 150, ਕਈ 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 ਬੋਰ ਤਾਂ ਆਪਣੇ ਵੀ ਬਹੁਤ ਡੂੰਘੇ ਨੇ, ਪਰ ਇਹ ਸਾਰਾ ਸੋਕੇ ਵਾਲਾ ਧਿਆਨ ਨਾਲ ਏਰੀਆ ਤੇ ਪਾਣੀ ਇੱਥੇ ਵੀ ਇੱਦਾਂ ਡੂੰਘਾ ਹੀ ਆ। ਇਹੀ ਪੈਪ ਸੀਗਾ ਜਿਹੜਾ ਆਪਾਂ ਆਉਂਦੇ ਹੋਏ ਵੇਖਿਆ ਸੀ ਨਾ, ਅਤੇ ਇੱਥੋਂ ਇੱਧਰ ਨੂੰ ਘੁੰਮ ਰਿਹਾ ਵਾ, ਇੱਥੋਂ ਘੁੰਮ ਕੇ ਇੱਧਰ ਇਹਨਾਂ ਨੇ ਖੇਤ ਦੇ ਵਿੱਚ ਰੱਖਿਆ ਵਿਆ। ਉੱਧਰ ਵੇਖੋ ਤੁਸੀਂ ਲਾਂਬੂ ਲੱਗਿਆ ਪਿਆ ਪੂਰੇ, ਸੂਰਜ ਵੀ ਉਹਨਾਂ ਨੇ ਪਹਿਲਾਂ ਹੀ ਡੁਬੋਤਾ। ਸਹੀ ਆ, ਉਹ ਹਾਲੇ ਫੇਰ ਫਾਂਟ ਲਾਉਣ ਗਿਆ ਲੱਗਦਾ, ਥੋੜ੍ਹਾ ਬਚਿਆ ਹਾਲੇ, ਹਾਲੇ ਹੈਗਾ ਉਹ ਵਿਛਿਆ ਪਿਆ, ਪਤਾ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਆ ਜਾਓ ਫਿਰ ਇਰਾਨ ਦੇ ਖੇਤਾਂ 'ਚ ਚਾਹ ਪੀਂਦੇ ਹਾਂ। ਉਹ ਪਾ ਕੇ ਬੈਠਾ ਬਾਈ ਗਲਾਸੀਆਂ 'ਚ, ਆ ਜਾਓ ਹਰਬਲ ਟੀ ਤਿਆਰ ਆ ਤੁਹਾਡੇ ਲਈ। ਮਿਲਕ ਟੀ ਨਹੀਂ ਮਿਲਦੀ ਉਹਦੇ ਇੱਥੇ, ਆਹ ਬੜੀ ਚੀਜ਼ ਹੀ ਮਿਲਦੀ ਆ, ਪਰ ਇਹ ਸਵਾਦ ਆ ਮਨਪ੍ਰੀਤ, ਇਹ ਕਾਲੀ ਚਾਹ ਨਹੀਂ ਗੀ ਜਿਹੜੀ ਆਪਾਂ ਬਲੈਕ ਟੀ ਕਹਿੰਦੇ ਹਾਂ, ਇਹ ਸਵਾਦ ਹੁੰਦੀ ਆ। ਹੋਰ ਕਈ ਚੀਜ਼ਾਂ ਪਾ ਕੇ ਬਣਾਉਂਦੇ ਆ, ਮੇਰੇ ਕੋਲ ਬਿਸਕੁਟ ਹੈਗੇ ਮੈਂ ਲੈ ਕੇ ਹੀ। ਓਕੇ, ਖੇਤੀ ਵਾਲਾ ਸਾਰਾ ਕੁਝ ਵੇਖਣ ਤੋਂ ਬਾਅਦ 'ਚ ਚਾਹ ਦੀਆਂ ਚੁਸਕੀਆਂ ਲੈ ਰਹੇ ਹਾਂ, ਅਤੇ ਮੈਂ ਇਹਨੂੰ ਵੀਰ ਨੂੰ ਪੁੱਛ ਰਿਹਾ ਸੀ ਵੀ ਰੇਟ ਕੀ ਆ ਇਸ ਝੋਨੇ ਦਾ, ਅਤੇ ਮੈਨੂੰ ਲੱਗਦਾ ਸੀ ਵੀ ਆਪਣੇ ਨਾਲੋਂ ਸਸਤਾ ਹੋਣਾ, ਅਤੇ ਪਰ ਆਪਣੇ ਨਾਲੋਂ ਦੁੱਗਣਾ, ਇਹ ਦੁੱਗਣੇ ਤੋਂ ਵੀ ਜ਼ਿਆਦਾ ਇੱਥੇ ਰੇਟ ਹੈਗਾ। ਜਿਹੜਾ ਝੋਨਾ ਤੁਹਾਨੂੰ ਵਿਖਾਇਆ ਵੀ ਆ 5500 ਰੁਪਈਏ ਨੂੰ ਕੁਇੰਟਲ ਆ, ਜੇ ਇਹ ਗਿੱਲਾ ਵੇਚਣ ਜਿੱਦਾਂ ਦਾ ਸੀਗਾ ਇਹ, ਪਰ ਜੇ ਇਹਨੂੰ ਸੁਕਾ ਕੇ ਵੇਚਣ ਤਾਂ ਇਹ ਬਣਦਾ ਸੀਗਾ 85-100 ਰੁਪਈਏ ਨੂੰ ਕੁਇੰਟਲ। ਅਤੇ ਮੈਂ ਕਿਹਾ ਫਿਰ ਚੌਲ ਦਾ ਕੀ ਰੇਟ ਆ ਇਸੇ ਦਾ ਹੀ, ਅਤੇ ਇਹ ਕਹਿੰਦਾ ਵੀ ਇਹਦਾ ਡਬਲ ਕਰ ਲਓ, ਮਤਲਬ ਇੰਨਾ ਜ਼ਿਆਦਾ ਰੇਟ ਆ ਇੱਥੇ ਚੌਲਾਂ ਦਾ। ਉਹ ਸ਼ਾਇਦ ਤਾਂ ਆ ਕਿਉਂਕਿ ਇਹ ਸਾਰੇ ਲੋਕ ਰੋਟੀ ਨਹੀਂ ਖਾਂਦੇ, ਇਹ ਜ਼ਿਆਦਾ ਚੌਲ ਖਾਂਦੇ ਆ, ਰੋਟੀ ਬਹੁਤ ਘੱਟ ਖਾਂਦੇ ਆ, ਰੋਟੀ ਘਰ ਇਹਨਾਂ ਦੇ ਨਹੀਂ ਪੱਕਦੀ। ਜਿਵੇਂ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਵੀ ਇਰਾਨ ਦਾ ਕਲਚਰ ਇਹ ਆ ਵੀ ਉਹ ਬੇਕਰੀਆਂ ਤੋਂ ਜਿੱਦਾਂ ਆਪਾਂ ਬ੍ਰੈਡ ਲੈ ਕੇ ਆਉਂਦੇ ਹਾਂ, ਜਿਹੜੇ ਆਪਾਂ ਬ੍ਰੈਡ ਖਾਂਦੇ ਹੁੰਦੇ, ਸੇਮ ਇਹ ਵੀ ਰੋਟੀਆਂ ਲੈ ਕੇ ਆਉਂਦੇ ਆ ਬੇਕਰੀਆਂ ਤੋਂ ਜ਼ਿਆਦਾ ਚੌਲ ਖਾਧੇ ਜਾਂਦੇ। ਸੋ ਮੈਨੂੰ ਲੱਗਦਾ ਵੀ ਆਹ ਕਾਰਨ ਹੋਊਗਾ ਵੀ ਚੌਲ ਇੰਨਾ ਮਹਿੰਗਾ ਇੱਥੇ। ਬਾਕੀ ਇਰਾਨ ਦੇ ਹੋਰ ਵੀ ਬਹੁਤ ਸਾਰੇ ਰੰਗ ਆਪਾਂ ਤੁਹਾਨੂੰ ਵਿਖਾਉਣੇ ਆ, ਅਤੇ ਇੱਦਾਂ ਤੁਸੀਂ ਵੇਖਦੇ ਰਹੋ, ਵਾਕਵੇ ਤੁਰਨਾ, ਬਾਏ ਬਾਏ।